नंबर जोड़ दिता है भाई फैसला दे लई पक्खे आ ना ये केड़े स्टूडियो वालों भाई सिद्धू स्टूडियो बसियां आना भाजी सिद्धू स्टूडियो बसियां वाला भरा साडा उस भरा वालों फैस्ट नटमैन ने फैस्ट अटैकर दे लई और जेडे सत वाले पक्खे दिते जाणगे वड्डा धन्नवाद साडे वीर दा और भाई ने भी समा दे के है चोण की दवावा ने साडे वीर सिद्धू स्टूडियो दा और वड्डी गलबात ठीक है छोटा वीर भी पहुंचे सिद्धू स्टूडियो दा मन्ना पालन वाला और वीर का भी धन्यवाद करदा छोटे पिंड झाकियां बहुत निकलदियां एक गल मैं देख रहा मुबारक हर सोना टूरनामेंट तुसी करवा भाई नहीं नहीं आए क्या मैं कुछ तेन रायकोट तो आ दूंगा मुंह को नहीं इधर नु मड़ा जा ओए पशु नहीं तारना नहीं तारना मैं भी रे वरिंदर भाई गरलाल दया हसी जाना पशु मेरी गल सुन रात भी अज सवेर दो बजे घरे आके पै गए गुरुद्वारे पा दो बापू कहना चलो साडे घरे पै जाओ बेबे चौंगड़ी मार के बैठ गया उठा ही नहीं साढ़े 9 बजे उठ के आए उतो नहीं नहीं फिर तो दस बजे भी नहीं उठना चाचा और बाल भाई अब बाल गोपी अब बाल शिरा जगे भाई की स्कोरा एक ते तन बहुत बड़ा धन्यवाद है रूपा भाई किथे जा साउंड वाले वीर का बड़ा धन्यवाद है वो मैनू पता नहीं लगे पिछे कर कोई ना ये रूपे नाल बहुत प्यार है साडा क्योंकि भाई जेडे थोड़े पिंड वाले क्रिकेट का टूर्नामेंट करवाउंदे आ बाल भाई जसे किन्ने स्कोर हो गए वीरे तीन एक स्कोर आ जी तीन रहे सर किन्ने दी गेम करी आ भी ਸਤਾਰਾਂ ਦੀ ਸਤਾਰਾਂ ਚੱਲ ਪੀ ਲੈ ਉਹੀ ਚੱਲ
ਸਿੰਧ ਬਾਈ ਉੱਤੋਂ ਦੀ ਮਾਈਕ 'ਚ ਬੋਲ ਬ్రో ਨੰਬਰ ਵੀ ਦੋ ਹੋਣੇ ਚਾਹੀਦੇ ਇੱਕ ਨੰਬਰ ਤੇ ਚੱਲਦਾ ਮਹਾਰਾਜ ਲੈਫਟ ਕਿਸੇ ਦਾ ਕਰਨੀ ਬੜੀ ਹਵਾ ਖਰਾਬ ਹੈ ਜਿਹਨੇ ਐਡ ਕਰਤਾ ਮੁੜ ਕੇ ਲੈਫਟ ਤੱਕ ਦੇ ਕਰੀ ਦੇਖ ਕੇ ਵੀ ਜਾਂਦੇ ਕਰ ਲਾਲ ਬਾਈ ਇਹਨੂੰ ਦਸ ਬਾਰਾਂ ਤਾਂ ਮੇਰੇ ਕੋਲ ਮੇਰੇ ਕੋਲ ਅੱਠ ਦਸ ਕੁੱਤਿਆਂ ਵਾਲੇ ਹੋਣਗੇ ਅਠਵੰਜਾ ਸਕੋਰ ਦੱਸ ਦਿਆ ਵੀਰੇ ਵੀਰੇ ਕੀ ਸਕੋਰ ਆ ਇੱਕ ਤੇ ਚਾਰ ਆ ਜੀ ਇੱਕ ਤੇ ਚਾਰ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਆ ਇੱਕ ਨੰਬਰ ਆ ਰਾਏਕੋਟ ਦੀ ਟੀਮ ਦਾ ਔਰ ਚਾਰ ਨੰਬਰ ਆ ਰਾਜਸਰ ਦੇ ਮੁੰਡਿਆਂ ਦਾ ਉਧਰ ਕਲਾਲੇ ਖੇਡਦਾ ਲੱਡੂ ਖੇਡਦਾ ਜਿਹੜੇ ਪਿੰਡ ਦੇ ਵਿੱਚ ਮੇਰੇ ਵੀਰ ਅੱਠ ਤਰੀਕ ਨੂੰ ਰੌਣਕਾਂ ਲੱਗਣਗੀਆਂ ਵਰਿੰਦਰ ਭਾਈ ਦੋ ਬਾਰੋਂ ਦਾ ਮੇਲਣ ਦੋ ਬਾਰੋਂ ਦਾ ਮੇਲਾ ਜਿਹੜਾ ਖੇਡਿਆ ਜਾਵੇਗਾ ਔਰ ਭਰਾ ਵੱਲੋਂ ਖੁੱਲੇ ਸੱਦੇ ਆ ਰਾਏਕੋਟ ਦੀ ਟੀਮ ਦੇ ਲਈ ਪੰਦਲੇ ਸ਼ਰੀਰ ਦਾ ਮੁੰਡਾ ਲਾਡੀ ਖੇਡਦਾ ਬਈ ਰਣ ਪਿੰਡ ਦਾ ਜ਼ਿੰਦਗੀ ਦਾ ਪਰ ਸਾਹਮਣੇ ਆਓ ਦੇਖ ਨੰਬਰ ਇੱਕ ਹੋਰ ਦੇ ਮੈਨਾਂ ਦਾ ਵੀ ਜਿਹੜੀ ਸਰਵਿਸ ਚੇਂਜ ਹੋ ਗਈ ਹੈ ਨੌਜਵਾਨ ਚਾਰ ਤੇ ਇੱਕ ਦੀ ਟੱਕਰ ਖੇਡ ਦੇ ਗਰਾਊਂਡ ਦੇ ਵਿੱਚ ਹੈ ਆਹ ਮੈਂ ਅੱਜ ਚੋਟੀ ਦਾ ਖੇਡਿਆ ਜਾ ਰਿਹਾ ਖੇਡ ਦੇ ਗਰਾਊਂਡ ਦੇ ਅੰਦਰ ਚਾਰ ਦੇ ਇੱਕ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਹੈ ਖੇਡ ਦੇ ਮੈਦਾਨ ਦੇ ਵਿੱਚ ਹਾਨੀ ਆਸਟ੍ਰੇਲੀਆ ਦਾ ਸਾਡਾ ਪਿਆਰਾ ਵੀਰ ਹੈ ਵੀਰ ਵੱਲੋਂ ਆਹ ਬਾਤ ਤੇ ਖੁਸ਼ ਹੋ ਕੇ ਔਰ ਰਾਜਸਰ ਦੇ ਜੱਸੇ ਦੇ ਲਈ ਵੱਡੀ ਜਿਹੜੀ ਰਾਸ਼ੀ ਪੁੱਜਦੀ ਕੀਤੀ ਗਈ ਹੈ 500 ਦੀ ਬਹੁਤ ਬੜਾ ਧੰਨਵਾਦ ਕਰਦੇ ਹੋ ਸਾਡੇ ਵੀਰ ਦਾ ਹਾਨੀ ਆਸਟ੍ਰੇਲੀਆ ਦਾ ਭਰਾ ਹੈ ਸਾਡਾ ਜ਼ਿੰਦਗੀ ਦੇ ਪਿਆਰੇ ਮਿੱਤਰਾਂ ਦੀ ਲੜੀ ਦੇ ਵਿੱਚ ਇੱਕ ਵੀਰ ਸਾਡੇ ਔਰ ਚੋਹਲ ਬ੍ਰਦਰਸ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਭਰਾਵਾਂ ਵੱਲੋਂ ਸਾਡੀ ਖੇਡ ਵਾਲੀਬਾਲ ਦਾ ਪਹਿਲਾ ਤੇ ਦੂਜਾ ਪ੍ਰਾਈਜ਼ ਜਿਹੜਾ ਦਿੱਤਾ ਜਾਵੇਗਾ ਔਰ ਵੱਡਾ ਧੰਨਵਾਦ ਸਾਰੇ ਮਿੱਤਰਾਂ ਦਾ ਨਾਲ ਬਾਈ ਸਿੱਧੂ ਸਟੂਡੀਓ ਉਸ ਵੀਰ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਬੱਸੀ ਵਾਲੇ ਬਾਈ ਦਾ ਔਰ ਜਿਹੜੇ ਭਰਾ ਵੱਲੋਂ ਬੱਸ ਸਟੈਂਡ ਲਈ ਦੋ ਪੱਖੇ ਦਿੱਤੇ ਜਾਣਗੇ
ਗੱਲਾਂ ਬਾਤਾਂ ਇੱਧਰ ਵੀ ਹੋਈਆਂ ਸਾਹਮਣੇ ਬਈ ਔਰ ਪਿੰਡ ਦਾ ਲਾਡੀ ਫੇਰ ਗਲਤੀ ਕਰ ਗਿਆ ਖੇਡ ਦੇ ਗਰਾਊਂਡ ਦੇ ਅੰਦਰ ਫੂਲ ਕਚਹਿਰੀਆਂ ਤੇ ਪਾਗਾਂ ਚ ਬਹਾਰ ਵੱਖਰੀ ਕਿਤੇ ਭੁੱਲ ਕੇ ਤੂੰ ਹੱਥ ਮੇਰਾ ਫੜਦਾ ਬੇ ਪਾਲਾ ਚਾਹਤਾ ਗੱਲ ਵੱਖਰੀ ਝੂਠ ਮਾਰਦਾ ਨਾ ਸਤਨਾਮ ਜਿਗਰੀ ਸੱਜੀਓ ਮੇਰਾ ਸੱਚ ਬੁੱਝ ਗਿਆ ਬਈ ਅੱਜ ਚੰਦਰੀ ਸਤਾਉਂਦੀ ਮੇਰੇ ਹਾਣੀਆਂ ਆਹ ਰੋਟੀ ਦਾ ਸਰਾਣਾ ਭਿੱਜ ਗਿਆ ਪਰ ਇੱਧਰ ਮੈਚ ਜਿਹੜਾ ਬਾਕੀ ਸੋਹਣਾ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ ਫਾਈਨਲ ਮੈਚ ਹੈ ਉੱਧਰ ਚਾਰਾਂ ਤਿੰਨ ਕੈਮਰੇ ਜਿਹੜੇ ਫੋਕਸ ਕੀਤੇ ਗਏ ਆ ਔਰ ਜਿੰਨੀ ਰੱਬ ਰੂਪੀ ਸਾਧ ਸੰਗਤ ਹੁਣ ਤੱਕ ਲਾਈਵ ਜੁੜੀ ਹੈ ਸਾਰੀ ਸਾਧ ਸੰਗਤ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਰੱਬ ਵਰਗੇ ਮਿੱਤਰਾਂ ਦਾ ਔਰ ਦੁਆਵਾਂ ਨੇ ਸਾਰੇ ਵੀਰਾਂ ਦੇ ਲਈ ਜਿਹੜੇ ਭਰਾਵਾਂ ਵੱਲੋਂ ਅੱਜ ਦਾ ਵੱਡਾ ਮੇਲਾ ਕਰਵਾਇਆ ਜਾ ਰਿਹਾ ਹੈ ਜਲਾਲ ਦੀਵਾਲ ਪਿੰਡ ਮਾਣਕ ਦਾ ਟਿੱਲਾ ਬੜਾ ਪ੍ਰਸਿੱਧ ਹੈ ਹਰ ਸਾਲ ਮੇਲਾ ਵੱਡੇ ਪੱਧਰ ਤੇ ਲੱਗਦਾ ਹੈ ਦੁਨੀਆਂ ਦੇ ਸੁੱਪਰ ਡੁੱਪਰ ਸਟਾਰ ਜਿਹੜੇ ਇਸ ਧਰਤੀ ਤੇ ਆਉਂਦੇ ਆ ਨਹੀਂ ਚੱਲੀਆਂ ਯਾਰ ਇੱਧਰ ਬਹੁਤ ਕਿਰਾਇਆ ਲਾ ਜਾਣਾ ਤੇਰਾ ਖੰਨੇ ਜਾਣ ਤੋਂ ਬਾਅਦ ਅੱਧੇ ਘੰਟੇ ਦੀ ਬਾਟ ਆ ਸਾਰੀ ਆਹੋ ਮੈਂ ਪਟਿਆਲੇ ਜਾਣਾ ਲਾਡੀ ਤੈਨੂੰ ਕੀ ਪਤਾ ਡੱਡਾ ਕਿਹੜੇ ਵੇਲੇ ਪਾਣੀ ਪੀਂਦੀਆਂ ਜਦ ਪਿਆਸ ਲੱਗਦੀ ਉਦੋਂ ਪੀਂਦੀਆਂ ਜਾਊਗਾ ਤਾਂ ਮੇਰੇ ਨਾਲ ਹੀ ਕੁਛ ਹੋ ਜਾਊਗੀ ਚਲਾਉਣਾ ਮੋਟਰਸਾਈਕਲ ਭਾਈ ਆਪਾਂ ਵੀ ਨੀ ਹੈ ਅੱਠ ਤਾਂ ਬਾਹਲਾ ਲੇਟ ਹੋ ਜੂ ਐਂ ਤਾਂ ਤੈਨੂੰ ਪਹੁੰਚਾ ਦੂ ਮੈਂ ਅੱਠ ਵਜੇ ਤਾਂ ਜੇ ਤੂੰ ਕਿਸੇ ਪਟਿਆਲੇ ਪਹੁੰਚਾ ਦੂ ਪਰ ਸੌਣ ਦੇ ਥੋੜਾ ਟਾਈਮ ਭਰਾ ਨੀ ਮੇਰਾ ਰੈਸਟ ਕਿਹੜੇ ਪਿੰਡ ਤੋਂ ਜੁੜੇ ਦੱਸਿਓ ਮਾੜਾ ਜਿਹਾ ਬਾਇਓਡਾਟਾ ਕਿਹੜੀ ਵਾਲੇ ਮੰਗੋ ਪਿੰਨ ਕੋਡ ਵੀ ਨਹੀਂ ਕਿੰਨੇ ਵਜ ਗਏ 4 ਵਜ ਗਏ ਆ ਬਈ ਚਾਬੀ ਕਿਨੇ ਮੋਟਰ ਠੀਕ ਆ ਵੀਰੇ ਨਵਾਬ ਨੋਟ ਕਰ ਲਿਆ ਜੀ ਡੈਰੀ ਦਾ ਓਕੇ ਤੁਸੀਂ ਮੈਲ ਕਰ ਦਿੰਦੇ ਸੀ ਬਈ ਚਾਬੀ ਮੈਂ ਦਿਮਾਗ ਤੇ ਰੱਖ ਸੁਨੀਲ ਆ ਬੜਾ ਸਾਹਮਣੇ ਬੈਸਟ ਯੂਟਰ ਵਾਲਾ ਦੁਕਾਨ ਕੇ ਵਾਲਾ ਸੁਨੀਲ ਕਮੋਜ ਵੀ ਬੈਠਾ ਭਰਾ ਆਪਣਾ ਵੈਲਕਮ ਸਾਰੇ ਇਸਤਕਾਰਯੋਗ ਦਰਸ਼ਕਾਂ ਦਾ ਬਈ ਸੋਭਿਤ ਵੀਰੇ ਪ੍ਰਾਈਜ਼ ਅੱਜ 11,000 ਆ ਵੀਰੇ ਥੋੜਾ ਮੋਟਾ ਵਧਿਆ ਵਾ ਮੇਰੇ ਹਿਸਾਬ ਨਾਲ ਗੁੜਗਾਓਂ ਸੇ ਵੈਲਕਮ ਜੀ ਕੈਥਲ ਹਰਿਆਣਾ ਸੇ ਵੈਲਕਮ ਬਾਈ ਜੀ ਮਨਦੀਪ ਬੂਰਾ ਬਾਲ ਓਏ ਜਸਿਆ ਸਿਰਾ ਯਾਰ ਬਾਲ ਕਾਦੀ ਯਾਰ ਗੋਲੀ ਓ ਮਾਰੀ ਐਂਡ ਬਾਲ ਬਾਲ ਓਏ ਬਾਈ ਗੋਪੀ ਯਾਰ ਸਿਰਾ ਯਾਰ
कथा चलती होनी है सच्ची माइक तो बिना लाई होनी। ओके ओके नवाब ठीक है भाई। उधर साड़ी जिंदगी का बहुत प्यारा वीर साडा जिंदगी का रंगला सज्जन है भाई बुद्ध सिंह बाजवा कनेडा वो वीर भी लाइव जुड़िया ते वीर का बहुत बड़ा धन्यवाद है। दिल दी गहराइयां दे विचों दिल दी गहराइयां दे विचों और धन्यवाद करते हैं। रंगला ही कही फिर यार बहुत बाकी है ना वीर दी जिहड़ियां गल्लां बातां रंगलियां ने रहना भी उस दुनिया दे विच है जिथे ऐन पूरे पंजाब कहना भी सानू लै जो लै जो लै जो बाकी गल्लां बातां वड्डियां ने और बाकी साहब आप ही लाना पुत दसिया भी इतने दुनिया किन्नी रंगली है और गल्लां बातां भरा साडे दीआं वड्डियां ने और सत समुंदर पार जाते होंदे आ साडे प्यारे वीर दे और दुआवां ने साडे वीर दे लई। पर इधर लड्डू जी उठो जी उठो जी ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ ਔਰ 4 ਵੱਜ ਗਿਆ ਹੈ ਫਾਈਨਲ ਮੈਚ ਆ ਬਾਈ ਜੀ। ਹਾਂਜੀ ਹਾਂਜੀ ਹਣੀ ਆਸਟ੍ਰੇਲੀਆ ਦਾ ਸਾਡਾ ਪਿਆਰਾ ਵੀਰ ਹੈ ਜਿਸ ਧਾਰ ਨੇ ਮੇਰੇ ਵੀਰੇ ਸਵੇਰ ਤੋਂ ਲੈ ਕੇ ਹੁਣ ਤੱਕ ਪਲੇਅਰਾਂ ਦੇ ਵੱਡੇ ਮਾਨ ਸਨਮਾਨ ਕੀਤੇ ਹੈ ਔਰ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ ਖੇਡ ਦੇ ਗਰਾਊਂਡ ਦੇ ਵਿੱਚ ਸ਼ਾਮ ਤੋਂ ਲੈ ਕੇ ਸਵੇਰ ਤੱਕ ਬੋਲਿਆ ਫਿਰ ਹੁਣ ਹਾਂਜੀ ਸ਼ਾਮ ਤੋਂ ਲੈ ਕੇ ਸਵੇਰ ਤੱਕ ਪਲੇਅਰਾਂ ਦੇ ਵੱਡੇ ਮਾਨ ਸਨਮਾਨ ਕੀਤੇ ਹੈ। लड्डू जे गोपी ते बाल मारदा ते चंडीगढ़ वाला सैंडी साडा वीर कहिंदा भी अपने वल्लों 200 दित्ता जावेगा। बहुत बड़ा धन्नवाद है साडे वीर दा है और सारे प्रमोटर वीरां दा असीं दिलों धन्नवाद करदे आं जिन्हां वीरां वल्लों मेरे जिहड़े वड्डे मान सन्मान इन्हां प्लेयरां दे कीते जांदे आ इहदे विच कोई शक नहीं भाई। एक गल देखी है यार तकरीबन अपने मैच जिहड़े 6 बजे शुरू हो गए सी 6 बजे तों शुरू हो के हुण 4 वज गए आ तकरीबन 10 घंटे हो गए आ भाई लाइव वाले उदों तों लै के यार हुण तक अपनी ड्यूटी ते पाबंद आ। एक बार यार इन्हां दी मेहनत दे नाल भी ताली मारो यार जिन्ने क वीर बैठे आपां बहुत बड़ा धन्नवाद आ वीरां दा जिउंदे वादे रहिण वीर साडे असीं तां फिर भी तुर फिर लैंदे आ और इह भरा जदों आउंदे आ शाम तों सवेर तक एवें बैठे रहिंदे आ और हर इक वीर हर इक पाल दी जिहड़ी अपडेट करदे आ वीर साडे वड्डी मेहनत आ साडे भरावां दी जिउंदे वादे रहिण भरा साडे वाहिगुरू की अरदास है भी तरक्कियां करन और मैचों की आनंद भी मुंडे माण रहे हैं सवेर तो लेके हुण तक शाम तो लेके सवेर तक इहदे विच कोई शक नहीं और जलाल जलाल दा मेला जिहड़ा और ज्यादा छड़दा जा रहा है वीरे की स्कोर हो गया जी 11-2 जगराते वाले भी हले है भाई बाल हो जैसे कोई शक नहीं क्या गल कर ਆਸਟ੍ਰੇਲੀਆ ਵੱਲੋਂ 500 ਦੀ ਬਹੁਤ ਬੜਾ ਧੰਨਵਾਦ ਆ ਸਾਡੇ ਵੀਰ ਦਾ ਹੈ ਬਾਈ ਹਣੀ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਭਰਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਜਿਹੜੇ ਪਲੇਅਰਾਂ ਦੇ ਵੱਡੇ ਮਾਣ ਕੀਤੇ ਆ ਸਾਡੇ ਬਾਈ ਨੇ ਔਰ ਬਨਾਰਿਆਂ ਦੇ ਵੀ ਮਾਣ ਕਰਿਆ ਦਿਲੋਂ ਧੰਨਵਾਦ ਕਰਦੇ ਆ ਸਾਡੇ ਵੱਡੇ ਬਾਈ ਦਾ। ਬਾਕੀ ਇਹਨੂੰ ਸੈਂਡੀ
ਚੰਡੀਗੜ੍ਹ ਵੱਲੋਂ ਵੀ ਆ ਸਮੈਲ ਜਿਹੜੀ 200 ਦੀ ਸੀ 500 ਬਾਈ ਇੱਧਰ 700 ਰੁਪਏ ਦੀ ਸਮੈਲ ਜਿਹੜੀ ਲੱਗੀ ਆ ਔਰ ਨੰਬਰ ਇੱਕ ਹੋਰ ਜੁੜ ਚੱਲਿਆ ਹੈ बाल बी भाई जित गई टीम राय सर दी ला 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 हो गई पूरी बैटा दे फैसले करदे आ जी बात बात मुबारकां जी जित गई टीम राय सर दी सैकड़ रहे मुंडे हाँ छेड़ दो हाईकोर्ट ने आ कप चक लियो भाई मेरे यार जेडे वीर स्टेज के उपर आए मेरे यार कप ले आओ चाचा जी किधर नु गाना है यूं सिंगल दा जी मास्टर कनी दा सिंगल दा जी ने 200 होर आ गया तेरा जसे 200 सेंटीबल वाला भी आ गया ਜੇ ਖੁੱਲੇ ਹੋਏ ਤਾਂ ਸੁੱਖ ਨਾਲ ਮੇਰੇ ਦੇਣੇ ਤੇਰੇ ਮੇਰੇ ਦੇਣੇ ਤੇ ਲਿਆ ਫਿਰ ਖੁੱਲੇ ਮੈਨੂੰ ਚਾਹੀਦੇ ਵੀ ਆ ਯਾਰ ਕਿੰਨੇ ਦੇਣੇ ਨੇ ਮੇਰੇ ਮੈਂ ਤੇਰਾ 150 ਦੇਣਾ ਆ ਲੈ ਜੀ 200 ਦੱਸੇ ਤੇਰਾ ਐ ਕਰ ਲਾ ਤੇਰਾ ਕਿੱਟ ਜਾ ਬੈਗ ਜਾ ਗਣੀ ਬੜਾ ਹੱਥ ਮਾਰ ਖੁੱਲੇ ਪੈਸੇ ਦੋ ਬਹੁਤ ਖੁੱਲੇ ਪੈਸੇ ਵੀ ਨਾ ਕਰਾਇ ਸਰ ਜੀ ਸਾਈਕਲ ਰਹੀ ਆ ਰੈਕ ਕੋਟ ਤੇਰਾ 200 ਮਰਦਾ ਸੈਂਟੀ ਤੋਂ ਠੀਕ ਆ 50 ਰੁਪਏ ਦੀ ਕੁਲਫੀ ਖਾ ਲੂਆ ਜਾਂਦਾ ਤੇ ਆਪਣਾ ਹੋ ਗਿਆ ਸੈਂਟੀ ਵੀਰੇ ਕਰਤੇ ਪਾਉਂਦੇ ਜੀ ਠੀਕ ਹੈ ਮੈਂ 1 2 3 4 5 ਲੈ ਉਹਦਾ 10 ਮੇਰੀ ਗੱਲ ਸੁਣ ਆਪਾਂ ਜੀ ਇੱਕ ਤਾਂ ਮੇਰੇ ਬਾਲ ਦੇ ਰਹਿੰਦੇ ਸੀ ਸਮਝ ਗਿਆ ਮੈਂ ਗੱਲ ਤੇਰੀ ਇੱਕ ਆਪਣਾ ਸੌਖ ਕਰਨਾ ਲੇਖਾ ਮਮਾ ਦੀ ਲੇਖਾ ਮਮਾ ਦੀ ਹੈ ਮੈਂ ਤਾਂ ਲੈ ਲਈ ਸੁਣ ਠੀਕ ਹੈ ਚਾਹੀ ਦੇ ਦੂੰਗਾ ਮੈਂ ਦੇ ਦੂੰ ਪੈਸੇ ਨੂੰ ਤੁਹਾਡੇ ਵਾਲੇ ਤੂੰ ਮੈਨੂੰ ਗੂਗਲ ਤੇ ਕਰ ਦੇ ਲੈ ਲਈਓ ਯਾੜੀ ਤੇਰਾ ਕਿਰਾਇਆ ਲਾ ਦਾਂਗੇ ਬਸ ਦਾ ਸੈਂਡੀ ਵੀਰੇ ਕਰਤੇ ਪਾਉਂਦੇ ਜੀ ਜੱਸੇ ਤੋਂ ਕਰ ਲਿਓ ਮਨਵਾਰ ਵੀਰੇ ਸੈਂਡੀ ਚੰਡੀਗੜ੍ਹ ਬਾਈ 4 ਵੱਜ ਗਏ ਲਿਓ ਵੀਰੇ ਪ੍ਰਾਈ ਲਿਓ ਜੀ ਬੈਸਟ ਵੀ ਦੱਸੋ ਪ੍ਰਾਈ ਵੀ ਲਿਓ ਜੀ ਵਧੀਆ ਰਹੇ ਬਈ ਨੀਂਦ ਆਈ ਜਾਂਦੀ ਮੋਟਰਸਾਈਕਲ ਚਲਾ ਲੇਗਾ ਤੁਰ ਪਾ ਤੇਰਾ ਮੋਟਰਸਾਈਕਲ ਹੀ ਹੋਰ ਹਿਸਾਬ ਦਾ ਨਹੀਂ ਤਾਂ ਤੁਰ ਪੈਂਦੇ ਤੇ ਤਾਂ ਚੱਲਣਾ ਹੀ ਨਹੀਂ ਇੱਥੇ ਕਬਾੜੀ ਬਹੁਤ ਮਸ਼ਹੂਰ ਹੈ ਚੁੱਪ ਕਰਕੇ ਬੇਟੂ ਬਸ ਚੜੋ ਨਾ ਚਲਾਉਣ ਦੀ ਲੋੜ ਮੇਰੀ ਗੱਲ ਸੁਣ ਨਾ ਚਲਾਉਣ ਦਾ ਸਿਸਟਮ ਕਿਉਂ ਬਈ ਆਪਾਂ ਚੱਲਦੇ ਹਾਂ ਸਿੱਧੀ ਖੰਨੇ ਵਾਲੀ ਬਸ ਮੇਰੀ ਗੱਲ ਆਪਾਂ ਚੱਲਦੇ ਹਾਂ ਹਾਈਕੋਰਟ ਬਾਬਾ ਪਿਆ ਬੋਲ ਠੀਕ ਹੈ ਨਾ ਉੱਥੇ ਮੰਨ ਨਾਲ ਤਸਵੀਰੀ ਮੱਥਾ ਟੇਕਦੇ ਟਾਲੀ ਜਾਣਾ ਸਾਹਿਬ ਸੁਣ ਲਈ ਸਾਹਿਬ ਸੁਣ ਜੋ ਕਮਰਾ ਵੀ ਮਿਲ ਜੂ ਉੱਥੇ ਨੂੰ ਵੈਲਕਮ ਵੈਲਕਮ ਸੈਂਡੀ ਵੀਰੇ ਵਧੀਆ ਰਹੇ ਹਾਂ ਹਾਂ ਕਮਰਾ ਵੀ ਮਿਲ ਜਾਣਾ ਉੱਥੇ ਤੁਹਾਨੂੰ ਕਿੱਥੇ ਲੈਣਾ ਕਮਰਾ ਟਾਲੀ ਜਾ ਪਹੁੰਚ ਜਾਣਾ ਬੈਟ ਸ਼ੂਟਰ ਕੌਣ ਹੈ ਜੀ ਜੱਫਾ ਰਿਹਾ ਸਰ ਵੀ ਗੱਲ ਪੱਕੀ ਹੈ ਜੀ ਮੈਂ ਉੱਥੇ ਬੋਲੀ ਦੋਹੇ ਖੁਸ਼ ਹੋ ਗਏ ਤੂੰ ਉਹ ਗੱਲ ਕਰੀ ਭਾਈ ਕੀ ਕਰੀਏ ਬੈਸਟ ਦੱਸਦੇ ਆ ਜੈਕਸਨ ਵੀਰੇ ਬੈਸਟ ਕੌਣ ਆ ਵੀਰੇ ਦੱਸਿਏ ਆਜੋ ਜੀ ਬੈਸਟ ਆਓ ਜੀ ਵੀਰੇ ਯਾਰ ਬੈਸਟ ਸ਼ੂਟਰ ਨੈਟ ਜੁਆਇੰਟ ਬੈਸਟ ਸ਼ੂਟਰ ਜੱਸਾ ਰਿਹਾ ਸਰ ਨੈਟਮੈਨ ਜੁਆਇੰਟ ਆ ਦੋਨਾਂ ਟੀਮਾਂ ਦੇ ਭਾਈ ਬੈਸਟ ਸ਼ੂਟਰ ਜੱਸਾ ਰਿਹਾ ਸਰ ਬੈਸਟ ਸ਼ੂਟਰ ਥਿੰਦਰ ਨੈਟਮੈਨ ਜੁਆਇੰਟ ਹੈ ਨਹੀਂ शुक्रिया मेहरबानी जगन साडा प्यारा वीर है जगन साडा 2016 का जन्म होना है फर्स्ट प्राइज राय सर दी टीम भाई कंप्यूटर जसा राय सर जी बेस्ट।